पूरे साल जिस टाइम ਦਾ ਇੰਤਜ਼ਾਰ ਕੀਤਾ ਸੀ ਕਿ ਹੁਣ 크리스마ਸ ਆਏਗਾ ਨਿਊ ਇਅਰ ਆਏਗਾ ਕੋਵਿਡ ਦਾ ਥੋੜਾ ਖਤਮ ਹੋ ਰਿਹਾ ਜੀ ਕੋਵਿਡ ਦੇ ਬਾਰੇ ਕਾਫੀ ਅਵੇਅਰਨੈਸ ਹੋ ਗਈ ਹੈ ਤੇ ਟ੍ਰੀਟਮੈਂਟ ਵੀ ਆ ਰਹੀ ਹੈ ਉਹਦੀ ਤੇ ਹੁਣ ਵੈਕਸੀਨੇਸ਼ਨ ਵੀ ਆ ਗਈ ਹੈ ਤੇ ਹੁਣ ਬਿਜ਼ਨਸ ਵਧੇਗਾ ਬਟ ਹੁਣ ਜੋ ਨਾਈਟ ਕਰਫਿਊ ਹੈ ਇਹਦਾ ਬਹੁਤ ਡਰ ਲੱਗ ਰਿਹਾ ਕਿ ਕਿਵੇਂ ਕੰਮ ਸਾਡਾ ਚੱਲੇਗਾ ਤੇ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਉਹ ਨਾਈਟ ਕਰਫਿਊ ਨੂੰ ਹਟਾਣ ਇਹ ਨਾਈਟ ਕਰਫਿਊ ਹਟਾਇਆ ਨਹੀਂ ਜਾ ਸਕਦਾ ਕਿਉਂਕਿ ਕੋਵਿਡ ਕੇਸ ਜਿਆਦਾ ਵਧਨੇ ਸ਼ੁਰੂ ਹੋ ਗਏ ਨੇ ਇਹ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਅਸਰ ਜਿਹੜਾ ਹੈ ਬਹੁਤ ਜਿਆਦਾ ਪੈਂਡ ਵਾਲਾ ਇਸ ਤੋਂ ਇਲਾਵਾ ਹੋਰ ਇੰਡਸਟਰੀਜ਼ ਦੇ ਉੱਤੇ ਇੱਕ ਹੋਰ ਉੱਤੇ ਸਾਡੇ ਤੇ ਮਾਰ ਪੈ ਗਈ ਹੈ ਜੀ ਨਾਈਟ ਕਰਫਿਊ ਦੀ ਤੇ ਪਤਾ ਨਹੀਂ ਜੀ ਕਿਵੇਂ ਕੰਮ ਚੱਲੇਗਾ ਤੇ ਸਾਡੀ ਸਰਕਾਰਾਂ ਨੂੰ ਇਹੀ ਅਪੀਲ ਹੈ ਕਿ ਜਿਵੇਂ ਬਾਕੀ ਇਕੱਠ ਅਲਾਊਡ ਨੇ ਤੇ ਸਾਡੇ ਰੈਸਟੋਰੈਂਟ ਵੀ ਸਾਡੇ 9 ਵਜੇ ਤੋਂ ਬਾਅਦ ਖੁੱਲਣ ਸਾਡਾ ਕੰਮ ਹੋ ਸਕੇ ਕੰਮ ਚੱਲ ਸਕੇ ਦੰਤ ਸਿੰਘ ਸਾਹਿਬ ਨੂੰ ਅਪੀਲ ਕਰਾਂਗੇ ਕਿ ਸਾਡਾ ਰੈਸਟੋਰੈਂਟ ਦਾ ਕੰਮ ਬਹੁਤ ਜਿਆਦਾ ਪਹਿਲਾਂ ਮਾਰ ਪਈ ਹੈ ਔਰ ਕੋਵਿਡ ਕਰਕੇ ਤੇ ਹੁਣ ਥੋੜਾ ਜਿਹਾ ਕੰਮ ਸੰਭਲਣ ਲੱਗ ਪਿਆ ਤੇ ਫਿਰ ਦੁਬਾਰਾ ਨਾਈਟ ਕਰਫਿਊ ਜਿਹੜਾ 9:30 ਤੋਂ ਲਗਾਇਆ ਹੈ ਮੇਨ ਕੰਮ ਸਾਡਾ 9:30 ਦੇ ਬਾਅਦ ਸ਼ੁਰੂ ਹੁੰਦਾ ਹੈ ਰਾਤ ਦਾ 9 ਵਜੇ ਦੇ ਬਾਅਦ ਜਿਹੜੇ ਲੋਕੀ ਆਂਦੇ ਨੇ ਨਿਕਲਦੇ ਨੇ ਕੰਮ ਸ਼ੁਰੂ ਹੁੰਦਾ ਉਸ ਚੀਜ਼ ਨੂੰ ਦੁਬਾਰਾ ਲੌਕਡਾਊਨ ਲਗਾ ਕੇ ਬਹੁਤ ਜ਼ਿਆਦਾ ਸਾਡਾ ਸੈਟਬੈਕ ਹੋ ਰਿਹਾ ਹੈ ਆਲਰੇਡੀ ਜਿਹੜਾ ਨਾਈਟ ਕਰਫਿਊ ਹੈ ਇਹਦੇ ਨਾਲ ਸਾਨੂੰ 25-30% ਸਾਡੀ ਸੇਲ ਨੂੰ ਫਰਕ ਪਿਆ ਹੋਇਆ ਜੀ ਤੇ ਗਵਰਨਮੈਂਟ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਹੁਣ ਕੋਵਿਡ ਵਾਲੇ ਸਾਰੇ ਜੋ ਵੀ ਇਹਨਾਂ ਇਹ ਸਿਕਾ ਸਾਰਾ ਅਸੀਂ ਫੋਲੋ ਕਰ ਰਹੇ ਆ ਪਾਣੇ ਦਾ ਮੀਨਸ ਕੀ ਕੰਮ ਖਤਮ ਜਿੱਦੋ ਕੰਮ ਸ਼ੁਰੂ ਹੁੰਦਾ ਟਾਈਮ ਹੁੰਦਾ ਉਦੋਂ ਹੀ ਸਾਨੂੰ ਕਸਟਮਰ ਨਾਲ ਸਸਰੀ ਗੱਲ ਕਰਨੀ ਪੈਂਦੀ ਹੈ ਭਾਈ ਸਾਹਿਬ ਅਸੀਂ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਅੰਦਰ ਨਾ ਹੋ ਨਹੀਂ ਤੇ ਸਾਡੇ ਤੇ ਪਰਚਾ ਹੋਏਗਾ ਵੀ ਆਰ ਨਾਟ ਕ੍ਰਿਮੀਨਲਸ ਅਸੀਂ ਦੁਕਾਨਦਾਰ ਆ ਦਿਨ ਪਰ ਕੰਮ ਕਰਕੇ ਮਿਹਨਤ ਕਰਕੇ ਅਸੀਂ ਸਾਰਾ ਐਨੀ ਇੰਪਲੋਇਮੈਂਟ ਦੇ ਕੇ ਆਪੀ ਕੰਮ ਕਰਕੇ ਪਰਿਵਾਰਾ ਦਾ ਪੇਟ ਪਾਲਣਾ ਹੁੰਦਾ ਇੱਕ ਤੇ ਇਹ ਪਰਚਾ ਵਾਲਾ ਕੰਮ ਖਤਮ ਹੋਣਾ ਚਾਹੀਦਾ 6 ਕੇਸਿਸ ਇਨ ਕੇਸ ਵਾਧੇ ਆ ਤਾਂ ਗਵਰਨਮੈਂਟ ਫੇਰ ਕਰ ਲਵੇ ਪਰ ਹੁਣ ਜਿਵੇਂ ਹੁਣ ਸਿਚੁਏਸ਼ਨ ਅੰਡਰ ਕੰਟਰੋਲ ਆ ਇਹਨਾਂ ਨੂੰ ਚਾਹੀਦਾ ਵੀ ਥੋੜਾ ਜਿਹਾ ਹੁਣ ਲੋਕਾਂ ਦੀ ਸਪੋਰਟ ਕਰਨ ਗਵਰਨਮੈਂਟ ਵੀ ਸਪੋਰਟ ਕਰੇ ਵੀ ਜਿਹੜੇ ਲੋਕਾਂ ਨੇ ਇਨਵੈਸਟਮੈਂਟ ਕੀਤੀ ਹੋਈਆਂ ਰੈਸਟੋਰੈਂਟਸ ਨੇ ਹੋਟੈਲਸ ਨੇ ਇਹਨਾਂ ਦਾ ਸਾਰਾ ਧਿਆਨ ਰੱਖਿਆ ਜਾਵੇ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਦੇ ਵੱਲੋਂ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਨਾਈਟ ਕਰਫਿਊ ਜਿਹੜਾ ਲਗਾਤਾਰ ਚੱਲ ਰਿਹਾ ਹੈ لیکن ਇਸ ਦੇ ਨਾਲ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਫੈਸਟੀਵਲ ਸੀਜ਼ਨ ਵੀ ਜਿਹੜਾ ਚੱਲ ਰਿਹਾ ਹੈ 26 25 26 ਤਰੀਕ ਤੋਂ ਜਿਹੜਾ ਹੈ 크ਿਸਮਸ ਜਿਹੜੀ ਸਟਾਰਟ ਹੋਊਗੀ ਉਸ ਤੋਂ ਬਾਅਦ 크ਿਸਮਸ ਤੋਂ ਬਾਅਦ ਜਿਹੜਾ ਹੈ ਨਵੇਂ ਸਾਲ ਦਾ ਤਿਉਹਾਰ ਵੀ ਹੈ ਸੋ ਲੋਕਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਇਸ ਦੇ ਨਾਲ ਜਿਹੜੇ ਬਿਜ਼ਨਸਮੈਨ ਨੇ ਰੈਸਟੋਰੈਂਟ ਮਾਲਕ ਨੇ ਉਹਨਾਂ ਨੂੰ ਵੀ ਜਿਹੜਾ ਹੈ ਕੀ ਅਸਰ ਹੋਣ ਵਾਲਾ ਹੈ ਇਸ ਦਾ ਕਿਉਂਕਿ ਨਾਈਟ ਕਰਫਿਊ ਲਗਾਤਾਰ ਚੱਲ ਰਿਹਾ ਹੈ ਕੀ ਇਸ ਦਾ ਅਸਰ ਪੈਣ ਵਾਲਾ ਹੈ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਰੈਸਟੋਰੈਂਟ ਮਾਲਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਕਰੇ ਤਾਂ ਇਸ ਦੇ ਨਾਲ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਨਵਾਂ ਸਾਲ ਵੀ ਤੇ ਹਰਮਨਾਇਆ ਜਾਊਗਾ 25 26 ਤਰੀਕ ਨੂੰ ਜਿਹੜਾ 크ਿਸਮਸ ਵੀ ਮਨਾਈ ਜਾਣੀ ਹੈ ਤਾਂ ਕੀ ਅਸਰ ਪੈਣ ਵਾਲਾ ਹਾਂਜੀ ਇਹ ਉਹ ਫੈਸਟਿਵ ਸੀਜ਼ਨ ਹੈਗਾ ਜਿਹਦਾ ਅਸੀਂ ਪੂਰੇ ਸਾਲ ਇੰਤਜ਼ਾਰ ਕਰਦੇ ਹਾਂ ਬਟ ਇਸ ਵਾਰੀ ਬਹੁਤ ਬਿਜ਼ਨਸ ਸਲੋ ਹੋਣ ਵਾਲਾ ਹੈ ਬਿਕੋਜ਼ ਰਾਤ ਦਾ ਇਹ ਸਮਾਂ ਹੁੰਦਾ ਹੈ ਜਦ ਲੋਕੀ ਆਪਣੀ ਫੈਮਲੀਆਂ ਦੇ ਨਾਲ ਬਾਹਰ ਆਂਦੇ ਨੇ ਐਂਡ ਵੀ ਆ ਵੈਰੀ ਵੈਰੀ ਸਕੇਅਰਡ ਕਿ ਕਿਵੇਂ ਕਮ ਚੱਲੂਗਾ ਪੂਰੇ ਸਾਲ ਜਿਸ ਟਾਈਮ ਦਾ ਇੰਤਜ਼ਾਰ ਕੀਤਾ ਅਸੀਂ ਕਿ ਹੁਣ 크ਿਸਮਸ ਆਏਗਾ ਨਿਊ ਇਅਰ ਆਏਗਾ ਕੋਵਿਡ ਦਾ ਥੋੜਾ ਖਤਮ ਹੋ ਰਿਹਾ ਜੀ ਕੋਵਿਡ ਦੇ ਬਾਰੇ ਕਾਫੀ ਅਵੇਅਰਨੈਸ ਹੋ ਗਈ ਹੈ ਤੇ ਟ੍ਰੀਟਮੈਂਟ ਵੀ ਆ ਰਹੀ ਹੈ ਉਹਦੀ ਤੇ ਹੁਣ ਵੈਕਸੀਨੇਸ਼ਨ ਵੀ ਆ ਗਈ ਹੈ ਤੇ ਹੁਣ ਬਿਜ਼ਨਸ ਵਧੇਗਾ ਬਟ ਹੁਣ ਜੋ ਨਾਈਟ ਕਰਫਿਊ ਹੈ ਐਦਾ ਬਹੁਤ ਡਰ ਲੱਗ ਰਿਹਾ ਕਿ ਕਿਵੇਂ ਕੰਮ ਸਾਡਾ ਚੱਲੇਗਾ ਤੇ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਉਹ ਨਾਈਟ ਕਰਫਿਊ ਨੂੰ ਹਟਾਣ ਜਦੋਂ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਆ ਮਹੀਨਾ ਪਹਿਲਾਂ ਦੀ ਤਾਂ ਉਸ ਵੇਲੇ ਕੋਵਿਡ ਦੇ ਬਹੁਤ ਸਾਰੇ ਕੇਸ ਸੀਗੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਕੋਵਿਡ ਦੇ ਕੇਸਿਸ ਉੱਤੇ ਹੁਣ ਬਹੁਤ ਜ਼ਿਆਦਾ ਜਿਹੜਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਕੇਸਿਸ ਨਹੀਂ ਆ ਰਹੇ ਹੈਗੇ ਤਾਂ ਨਾਈਟ ਕਰਫਿਊ ਵੀ ਹਟਾ ਦਿੱਤਾ ਗਿਆ ਸੀਗਾ ਲਾਕਡਾਊਨ ਤੋਂ ਪਹਿਲਾਂ हट ਗਿਆ ਸੀਗਾ ਲੇਕਿਨ ਹੁਣ ਦੁਬਾਰਾ ਤੋਂ ਲਗਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਨਾਈਟ ਕਰਫਿਊ ਹਟਾਇਆ ਨਹੀਂ ਜਾ ਸਕਦਾ ਕਿਉਂਕਿ ਕੋਵਿਡ ਕੇਸਿਸ ਜ਼ਿਆਦਾ ਵਧਣੇ ਸ਼ੁਰੂ ਹੋ ਗਏ ਨੇ ਇਹ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਅਸਰ ਜਿਹੜਾ ਹੈ ਬਹੁਤ ਜ਼ਿਆਦਾ ਪੈਣ ਵਾਲਾ ਇਸ ਤੋਂ ਇਲਾਵਾ ਹੋਰ ਇੰਡਸਟਰੀਜ਼ ਦੇ ਉੱਤੇ ਹਾਂਜੀ ਜਿਵੇਂ ਤੁਸੀਂ ਵੇਖ ਰਹ ਪੰਜਾਬ ਦੇ ਕਿੰਨੇ ਲੱਖਾਂ ਲੋਕੀ ਹਰ ਰੋਜ਼ ਜਾ ਰਹੇ ਨੇ ਬਾਰਡਰ ਤੇ ਐਨ ਉਥੋਂ ਵਾਪਸ ਵੀ ਆ ਰਹੇ ਨੇ ਸੋ ਵਾਂਸ ਦੈਟ ਇਜ਼ ਹੈਪਨਿੰਗ ਹੋਰ ਬਹੁਤ ਸਾਰੀ ਚੀਜ਼ਾਂ ਹੋ ਰਹੀਆਂ ਨੇ ਆਲਰੇਡੀ ਇਕਨੋਮੀ ਵੀ ਸਫਰ ਕਰ ਰਹੀ ਹੈ ਐਂਡ ਪਾਵੇਂ ਅਸੀਂ ਕਿਸਾਨਾਂ ਦੇ ਨਾਂ ਲੈ ਉਹਨਾਂ ਦੇ ਮੁੱਦੇ ਦੇ ਉੱਤੇ ਬਟ ਇਕਨੋਮੀ ਇਜ਼ ਸਫਰਿੰਗ ਬਿਕਾਜ਼ ਆਫ ਮੈਨੀ ਥਿੰਗਸ ਇਨਕਲੂਡਿੰਗ ਕੋਵਿਡ ਐਂਡ ਇੱਕ ਹੋਰ ਉੱਤੇ ਸਾਡੇ ਤੇ ਮਾਰ ਪੈ ਗਈ ਹੈ ਜੀ ਨਾਈਟ ਕਰਫਿਊ ਦੀ ਤੇ ਪਤਾ ਨਹੀਂ ਜੀ ਕਿਵੇਂ ਕੰਮ ਚਲੇਗਾ ਤੇ ਸਾਡੀ ਸਰਕਾਰਾਂ ਨੂੰ ਇਹੀ ਅਪੀਲ ਹੈ ਕਿ ਜਿਵੇਂ ਬਾਕੀ ਇਕੱਠ ਅਲਾਉਡ ਨੇ ਤੇ ਸਾਡੇ ਰੈਸਟੋਰੈਂਟ ਵੀ 9 ਵਜੇ ਤੋਂ ਬਾਅਦ ਖੁੱਲਣ ਸਾਡਾ ਕੰਮ ਹੋ ਸਕੇ ਕੰਮ ਚੱਲ ਸਕੇ ਸਰ ਤੁਹਾਡੀ ਕੀ ਵਿਚਾਰ ਨੇ ਰੈਸਟੋਰੈਂਟ ਜਿਹੜੇ ਓਪਨ ਹੋਏ ਸਰਕਾਰ ਨੇ ਓਪਨ ਕਰਵਾ ਦਿੱਤੇ ਕਿ ਲੇਕਿਨ ਨਾਈਟ ਕਲਚਰ ਚਲਾਇਆ ਲੇਕਿਨ ਗੈਦਰਿੰਗ ਉਸ ਦੇ ਵਿੱਚ ਫੇਰ ਕੱਟ ਕੀਤੀ ਗਈ ਸੀ ਲੇਕਿਨ ਹੁਣ ਗੈਦਰਿੰਗ ਦੇ ਬਾਰੇ ਦੁਆਰਾ ਗੱਲ ਨਹੀਂ ਕੀਤੀ ਕਿ ਆਉਣ ਵਾਲੇ ਦਿਨਾਂ 'ਚ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਗੈਦਰਿੰਗ ਵੀ ਘਟਾ ਦਿੱਤੀ ਜਾਵੇ ਜਿਸ ਹਿਸਾਬ ਦੇ ਨਾਲ ਜਿਹੜੇ ਕੋਵਿਡ ਦੇ ਕੇਸਿਸ ਵਧਦੇ ਨਜ਼ਰ ਆ ਰਹੇ ਨੇ ਤੁਹਾਡੇ ਇਸ ਤੇ ਵਿਚਾਰ ਕੀ ਹੈ ਮੈਂ ਸਤਿੰਦਰ ਸਿੰਘ ਸਰਹਬਾਣਾਗਰ ਲੁਧਿਆਣਾ ਤੋਂ ਪਹਿਲਾਂ ਤੇ ਕੈਪਟਨ ਸਾਹਿਬ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਾਂਗੇ ਜਿਸ ਤਰੀਕੇ ਨਾਲ ਉਹਨਾਂ ਨੇ ਕੋਵਿਡ ਦੇ ਉੱਤੇ ਇਨੀਸ਼ੀਏਟਿਵ ਲਾਇਆ ਜੋ ਵੀ ਉਹਨਾਂ ਨੇ ਕੰਮ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਸਭ ਨੂੰ ਐਸ ਸਮੇਂ ਲੋੜ ਹੈਗੀ ਇੱਕ ਨਾਲ ਐਸਟੀ ਨੂੰ ਵਾਚ ਕਰਨ ਦੀ ਔਰ ਪਬਲਿਕ ਵੀ ਬਹੁਤ ਅਵੇਅਰ ਹੋ ਗਈ ਹੈ ਹਰ ਬੰਦਾ 마ਸਕ ਪਾ ਕੇ ਪ੍ਰੋਪਰ ਆਪਣੀ ਸੇਫਟੀ ਰੱਖਦਾ ਵੀ ਫੁਲੀ ਐਗਦੀ ਬਹੁਤ ਜ਼ਿਆਦਾ ਕੱਟ ਕਰਨਾ ਇਟਸ ਨਾਟ ਸੇਫ ਜੋ ਕੈਪਟਨ ਸਾਹਿਬ ਦਾ ਇਨੀਸ਼ੀਏਟਿਵ ਹੈਗਾ ਬਟ ਐਟ ਦ ਸੇਮ ਟਾਈਮ ਇੱਕ ਰੈਸਟੋਰੈਂਟ ਹੈ ਜੋ ਉਹ ਇਕੱਠਾ ਵਾਲਾ ਕੰਮ ਨਹੀਂ ਹੁੰਦਾ ਹਜੂਮ ਵਾਲਾ ਕੰਮ ਨਹੀਂ ਹੁੰਦਾ ਗੈਦਰਿੰਗ ਵਾਲਾ ਕੰਮ ਨਹੀਂ ਹੁੰਦਾ ਇੱਕ ਰੈਸਟੋਰੈਂਟ ਦੇ ਸਟੇਬਲ ਅਲੱਗ-ਅਲੱਗ ਬੈਠਦੇ ਨੇ ਜਿੱਦੇ ਵਿੱਚ ਕੋਈ ਅਬ ਜੀ ਗੱਲ ਨਹੀਂ ਹੁੰਦੀ ਕਿ ਕੋਈ ਭੀੜ ਇੱਕ ਦੂਜੇ ਨਾਲ ਜੁੜੀ ਹੈ ਜਿਵੇਂ ਅਸੀਂ ਕਹੀਏ ਕਿ ਵੱਡੇ ਕੋਈ ਫੰਕਸ਼ਨਸ ਨੇ ਜਾਂ ਵੱਡੀ ਕੈਟਰਿੰਗਸ ਨੇ ਉੱਥੇ ਹੁੰਦਾ ਉਸ ਕਰਕੇ ਅਸੀਂ ਕੈਪਟਨ ਸਾਹਿਬ ਨੂੰ ਅਪੀਲ ਕਰਾਂਗੇ ਕਿ ਸਾਡਾ ਰੈਸਟੋਰੈਂਟ ਦਾ ਕੰਮ ਬਹੁਤ ਜ਼ਿਆਦਾ ਪਹਿਲਾਂ ਮਾਰ ਪਈ ਹੈ ਔਰ ਕੋਵਿਡ ਕਰਕੇ ਤੇ ਹੁਣ ਥੋੜਾ ਜਿਹਾ ਕੰਮ ਸੰਭਲਣ ਲੱਗ ਪਿਆ ਤੇ ਫਿਰ ਦੁਬਾਰਾ ਨਾਈਟ ਕਰਫਿਊ ਜਿਹੜਾ 9:30 ਤੋਂ ਲਗਾਇਆ ਹੈ ਮੇਨ ਕੰਮ ਸਾਡਾ 9:30 ਦੇ ਬਾਅਦ ਸ਼ੁਰੂ ਹੁੰਦਾ ਹੈ ਰਾਤ ਦਾ 9 ਵਜੇ ਦੇ ਬਾਅਦ ਜਿੱਦੋਂ ਲੋਕੀ ਉਸ ਚੀਜ਼ ਨੂੰ ਦੁਬਾਰਾ ਲਾਕਡਾਊਨ ਲਗਾ ਕੇ ਬਹੁਤ ਜ਼ਿਆਦਾ ਸਾਡਾ ਸੈਟਬੈਕ ਹੋ ਰਿਹਾ ਹੈ ਤੇ ਵੀ ਵਡ ਰਿਕੁਐਸਟ ਕੀ ਅਸੀਂ ਇਸ ਚੀਜ਼ ਨੂੰ ਸਾਡੀ ਅਪੀਲ ਸਵੀਕਾਰ ਕਰਕੇ ਐਨ ਉਹ ਟਾਈਮਿੰਗ ਨੂੰ ਪੂਰੇ ਦੁਕਾਨਦਾਰਾਂ ਦੀ ਦੁਕਾਨਾਂ ਜਿੱਥੇ ਹੋਰ ਵੀ ਦੁਕਾਨਦਾਰ ਨੇ ਸਾਡੇ ਮਾਰਕੀਟ ਜਿਆਪੁਰੇ ਸ਼ਹਿਰ ਜਿੱਥੇ ਪਬਲਿਕ ਆਂਦੀ ਹੈ ਕਿਦਰੀ ਵੀ ਹੈ ਉਹ ਜਮਾਹੌਲ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਚੁੰਡੇ ਭੀੜ ਹੈ ਉਹ ਜਗ੍ਹਾ ਖਲੀ ਉੱਥੇ ਹੁੰਦੀ ਜਿੱਥੇ ਪਾਰਟੀਆਂ ਹੁੰਦੀਆਂ ਨੇ ਫੰਕਸ਼ਨਸ ਹੁੰਦੇ ਨੇ ਉਸ ਚੀਜ਼ ਨੂੰ ਬਾਕਾਇਦਾ ਅਸੀਂ ਵੀ ਕਵਾਂਗੇ ਕਿ ਥੋੜਾ ਵਾਚ ਕਰੋ ਬਹੁਤ ਜ਼ਿਆਦਾ ਕੱਟ ਨਾ ਹੋਣ ਦਿਓ ਉਨਾਂ ਦਾ ਵੀ ਕੰਮ ਵਾਸਤੇ ਜੇ ਕਰਨਾ ਹੈ ਤਾਂ ਉੱਥੇ ਵੀ ਲਿਮਿਟਿਡ ਗੈਦਰਿੰਗ ਰੱਖੋ ਜਿੱਥੇ ਬਹੁਤ ਜ਼ਿਆਦਾ ਪੀੜ ਨਾ ਹੋਵੇ ਬਟ ਦੁਕਾਨਾਂ ਤੇ ਰੈਸਟੋਰੈਂਟ ਤੇ ਟੇਬਲ ਲੱਗਣੇ ਦੁਕਾਨਾਂ ਤੇ ਕਸਟਮਰਸ ਲਿਮਿਟਿਡ ਟਾਈਮ ਜਾਂਦੇ ਨੇ ਔਰ ਜਿੱਥੇ ਅਸੀਂ ਕੋਈ ਅਜਿਹਾ ਕੰਮ ਕੀ ਬੰਦ ਕਰਨ ਵਾਲਾ ਰਾਤੀ ਜਲਦੀ ਵਾਲਾ ਉਸ ਚੀਜ਼ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਵਾਪਿਸ ਲੈ ਆ ਜਾਏ ਤੁਸੀਂ ਕਹਿੰਦੇ ਕਿ ਬਹੁਤ ਸਾਰਾ ਅਸਰ ਦੇਖਣ ਨੂੰ ਮਿਲਿਆ ਸੀ ਜਦੋਂ ਲਾਕਡਾਊਨ ਲੱਗਿਆ ਸੀ ਉਸ ਤੋਂ ਬਾਅਦ ਵਿੱਚ ਲੌਸ ਹੀ ਬਹੁਤ ਚੱਲਣਾ ਪਿਆ ਸੀ ਤੇ ਫਿਰ ਹੁਣ ਜਦੋਂ ਲਾਕਡਾਊਨ ਹਟਾ ਦਿੱਤਾ ਗਿਆ ਸੀ ਨਾਈਟ ਕਰਫਿਊ ਪਹਿਲਾਂ ਨਹੀਂ ਸੀਗਾ ਕਿ ਜੋ ਲੌਸ ਹੋਏ ਨੇ ਕਵਰ ਜਿਹੜੇ ਐਕਸਪੈਂਸ ਤੁਹਾਡੇ ਹੋਏ ਸੀਗੇ ਉਹ ਸਾਰੇ ਕਵਰ ਹੋ ਚੁੱਕੇ ਨਹੀਂ ਹੁਣ ਤੱਕ ਨਹੀਂ ਬਿਲਕੁਲ ਨਹੀਂ ਉਹ ਬਹੁਤ ਲੰਬਾ ਸੈਟਬੈਕ ਸੀ ਔਰ ਉਹਨੂੰ ਸਮੇਂ ਦੇ ਨਾਲ ਵੀ ਆਲਵੇ ਪ੍ਰਿਪੇਅਰਡ ਜੋ ਹੋ ਰਿਹਾ ਸਭ ਨਾਲ ਸੀ ਤੇ ਉਹ ਸਮਝ ਤੇ ਸਾਡਾ ਇਹ ਸੀ ਕਿ ਸਾਰੇ ਸੁਰੱਖਿਤਰ ਰਹਿਣ ਸਾਰੇ ਠੀਕ ਰਹਿਣ ਉਹ ਲਾਸ ਨੂੰ ਕਵਰ ਕਰਨਾ ਤੇ ਬਹੁਤ ਦੂਰ ਦੀ ਗੱਲ ਬਟ ਇਹ ਹੈ ਕਿ ਹੁਣ ਦੁਕਾਨਦਾਰੀ ਠੀਕ ਚੱਲ ਪਏ ਦੁਕਾਨਾਂ ਠੀਕ ਚੱਲ ਪਏ ਜਿਹੜੇ ਹੁਣ ਦੁਬਾਰਾ ਇੱਕ ਮਾਰਕੀਟ ਜਰੋਨਕ ਸਟਾਰਟ ਹੋਏ ਫੁੱਟਫਾਲ ਸਟਾਰਟ ਹੋਏ ਤੇ ਕਸਟਮਰ ਮੂਵਮੈਂਟ ਸ਼ੁਰੂ ਹੋਏ ਉਸ ਤੀਨੋ ਸੇਟ ਜਾਨੇ ਕਿ ਉਹ ਹੁਣ ਦੁਬਾਰਾ ਜਿਹੜਾ ਸ਼ੁਰੂ ਹੋਇਆ ਸੀ ਉਹ ਦੁਬਾਰਾ ਫਿਰ ਘਟਣ ਲੱਪਿਆ। ਉਹ ਦੁਬਾਰਾ ਫਿਰ ਅਸੀਂ ਉਸ ਦੌਰੇ ਚਲੇ ਗਏ ਜਿਹੜਾ ਪਿਛਲਾ ਦੌਰ ਸੀ ਜਿਹੜਾ ਨੁਕਸਾਨ ਵਾਲਾ। ਅਸੀਂ ਜਾਂਦੇ ਰਿਕੁਐਸਟ ਕਰਦੇ ਹਾਂ ਕਿ ਉਹ ਜਿਹੜਾ ਹੈਗਾ 9:30 ਵਾਲਾ ਟਾਈਮਿੰਗ ਵਾਲਾ 9:30 ਦੇਖੋ ਸਾਨੂੰ ਦੁਕਾਨਾਂ ਦੇ ਕਸਟਮਰ ਨੂੰ 9:30 ਮਨਾ ਕਰਨਾ ਪੈਂਦਾ ਨਾ ਬੈਠੋ। 9:30 ਮੀਨਸ ਕੀ ਕੰਮ ਖਤਮ। ਜਿੱਦੋਂ ਕੰਮ ਸ਼ੁਰੂ ਹੁੰਦਾ ਟਾਈਮ ਹੁੰਦਾ ਉਦੋਂ ਹੀ ਸਾਨੂੰ ਕਸਟਮਰ ਨਾਲ ਸਸਰੀ ਗੱਲ ਕਰਨੀ ਪੈਂਦੀ ਹੈ ਭਾਈ ਸਾਹਿਬ ਅਸੀਂ ਹੱਥ ਜੋੜ ਕੇ ਮਾਫੀ ਚਾਹਦੇ ਹਾਂ ਅੰਦਰ ਨਾ ਹੋ ਵੀ ਆਰ ਨਾਟ ਕ੍ਰਿਮੀਨਲਸ ਅਸੀਂ ਦੁਕਾਨਦਾਰਾ ਦਿਨ ਪਰ ਕੰਮ ਕਰਕੇ ਮਿਹਨਤ ਕਰਕੇ ਅਸੀਂ ਸਾਰਾ ਐਨੀ ਇਮਪਲੋਇਮੈਂਟ ਦੇ ਕੇ ਆਪੀ ਕੰਮ ਕਰਕੇ ਪਰਿਵਾਰਾ ਦਾ ਪੇਟ ਪਾਲਣਾ ਹੁੰਦਾ ਇੱਕ ਤੇ ਇਹ ਪਰਚਾ ਵਾਲਾ ਕੰਮ ਖਤਮ ਹੋਣਾ ਚਾਹੀਦਾ ਜਿਵੇਂ ਕਿਸੇ ਨੇ ਕੋਈ ਨਾਈਟ ਕਰਫਿਊ ਤੋਂ ਬਾਅਦ ਕੋਈ ਖੋਲੇ ਉਹਦੇ ਉੱਤੇ ਕੋਈ ਐਵਜ ਨਾ ਹੋਏ ਕਾਰਵਾਈ ਉਹਨਾਂ ਨੂੰ ਕਿਹਾ ਜਾਏ ਕਿ ਚਲੋ ਥੋੜਾ ਜਿਆ ਟਾਈਮ ਦੀ ਸੌਲੀ ਦਿੱਤੀ ਜਾ ਰਹੀ ਹੈ ਥੋੜਾ ਜਨੂੰ ਸਮਝਾਇਆ ਜਾਏ ਬਟ ਮੈਂ ਜਾਨਾ ਇਹ ਸਭ ਚੀਜ਼ਾਂ ਤੋਂ ਬਾਹਰ ਆ ਕੇ ਅਸੀਂ ਇਸ ਨੂੰ ਖਤਮ ਕਰੀਏ ਤੇ ਦੁਕਾਨਦਾਰ ਨੂੰ ਫ੍ਰੀ ਹੋ ਕੇ ਫ੍ਰੀडम ਦੇ ਕੇ ਉਹਨਾਂ ਨੂੰ ਕੰਮ ਕਰਨ ਦਾ ਦਿੱਤਾ ਜਾ ਇਜਾਜ਼ਤ ਦਿੱਤੀ ਜਾਏ ਤੁਹਾਡੇ ਕੀ ਵਿਚਾਰ ਨੇ ਇੱਕ ਤਾਂ ਸਰਕਾਰ ਕਹਿੰਦੀ ਕੋਵਿਡ ਦੂਸਰੇ ਪਾਸੇ ਸਰਕਾਰ ਕਹਿੰਦੀ ਅਸੀਂ ਤਾਂ ਜਿਹੜਾ ਸ਼ਨੀ ਰਾਤ ਦਾ ਜਿਹੜਾ ਕਰਫਿਊ ਲਗਾਉਨੇ ਆ ਕਿ ਲੋਕ ਗੈਦਰਿੰਗ ਕਰਦੇ ਨੇ ਜਦੋਂ ਪਾਰਟੀ ਕਰਦੇ ਨੇ ਤਾਂ ਪਾਰਟੀ ਦੇ ਵਿੱਚ ਇਕੱਠੇ ਹੁੰਦੇ ਗੈਦਰਿੰਗ ਹੁੰਦੀ ਆ ਤਾਂ ਉਹਦੇ ਨਾਲ ਕੋਵਿਡ ਦੇ ਕੇਸਸ ਵਧਣੇ ਚਾਂਸਸ ਵੱਧ ਜਾਂਦੇ ਨੇ ਤਾਂ ਇਸ ਤੇ ਤੁਹਾਡੇ ਕੀ ਵਿਚਾਰ ਨੇ ਦੇਖੋ ਸਰ ਪ੍ਰੋਪਰ ਸੋਸ਼ਲ ਡਿਸਟੈਂਸਿੰਗ ਨੋਰਮਸ ਫਾਲੋ ਹੋ ਰਹੀਆਂ ਨੇ ਸੈਨੀਟਾਈਜੇਸ਼ਨ ਹੋ ਰਹੀ ਹੈ ਰੈਸਟੋਰੈਂਟਸ ਵਿੱਚ ਤੇ ਸਰਕਾਰ ਨੂੰ ਹੁਣ ਸਮਝਣਾ ਚਾਹੀਦਾ ਥੋੜਾ ਜਿਹਾ ਇਕਨੋਮੀ ਦਾ ਵੀ ਧਿਆਨ ਕੀਤਾ ਜਾਵੇ ਜਿਹੜੇ ਲੋਕਾਂ ਨੇ ਇੰਨੀ ਜਿਆਦਾ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ ਸਟੋਰ ਚੱਲਣਗੇ ਨਹੀਂ ਰੈਸਟੋਰੈਂਟ ਚੱਲਣਗੇ ਨਹੀਂ ਤਾਂ ਲੋਕਾਂ ਦਾ ਕਿਦਾਂ ਸਰਵਾਈਵ ਕਰਨਗੇ ਲੋਕ ਆਲਰੇਡੀ ਜਿਹੜਾ ਨਾਈਟ ਕਰਫਿਊ ਹੈ ਇਹਦੇ ਨਾਲ ਸਾਨੂੰ 25-30% ਸਾਡੀ ਸੇਲ ਨੂੰ ਫਰਕ ਪਿਆ ਹੋਇਆ ਜੀ ਤੇ ਗਵਰਨਮੈਂਟ ਨੂੰ ਇਹਦੇ ਬਾਰੇ ਜਰੂਰ ਸੋਚਣਾ ਚਾਹੀਦਾ ਕਿਉਂਕਿ ਹੁਣ ਕੋਵਿਡ ਵਾਲੇ ਸਾਰੇ ਜੋ ਵੀ ਇਹਨਾਂ ਇਹਨਾਂ ਵੱਲੋਂ ਸਿਗਾ ਸਾਰਾ ਅਸੀਂ ਫੋਲੋ ਕਰ ਰਹੇ ਹਾਂ ਜਿਵੇਂ ਪਹਿਲਾਂ ਵੀ ਕਹਿ ਕੇ ਹਟੇ ਗਵਰਨਮੈਂਟ ਨੇ ਫੇਰ ਉਹੀ ਗੱਲ ਕਹਿ ਦੇਣੀ ਆ ਵੀ ਅਸੀਂ ਸਿਰ ਕੋਵਿਡ ਦੇ ਕੇਸਿਸ ਦੇ ਕਰਕੇ ਕਰਦੇ ਪਏ ਆ ਵੀ ਕੋਵਿਡ ਦੇ ਕੇਸਿਸ ਵਧਦੇ ਪਏ ਨੇ ਹਾਲਾਂਕਿ ਜਿਹੜੇ ਬਹੁਤ ਸਾਰੇ ਲੋਕ ਨੇ ਨੌਜਵਾਨ ਵੀ ਨੇ ਜਿਹੜੇ ਅਪੀਲ ਕਰਦੇ ਪਏ ਨੇ ਬਾਰ-ਬਾਰ बिजनेसमੈਨ ਨੇ ਉਹ ਵੀ ਅਪੀਲ ਕਰਦੇ ਰੈਸਟੋਰੈਂਟ ਮਾਲਕ ਵੀ ਅਪੀਲ ਕਰ ਰਹੇ ਨੇ ਹੋਰ ਵੀ ਕਈ ਲੋਕ ਨੇ ਜਿਹੜੇ ਅਪੀਲ ਕਰਦੇ ਪਏ ਨੇ ਵੀ ਇਹਨਾਂ ਨਾਈਟ ਕਰਫਿਊ ਨੂੰ ਚੱਕਿਆ ਜਾਵੇ ਮੰਨ ਲਓ ਅਗਰ ਕੋਵਿਡ ਕੇਸਸ ਹੋਰ ਵਧਨੇ ਸ਼ੁਰੂ ਹੋ ਜਾਂਦੇ ਨੇ ਤੇ ਸਰਕਾਰ ਕਹਿੰਦੀ ਇੱਥੇ ਲਾਕਡਾਊਨ ਲਾਉਣ ਵੀ ਤਿਆਰ ਆ ਫਿਰ ਉਸ ਤੋਂ ਬਾਅਦ ਕੀ ਕੀਤਾ ਜਾਊਗਾ ਜੇ ਸਰ ਦੇਖੋ ਜੇ ਕੇਸ ਵਧਣਗੇ ਫਿਰ ਤਾਂ ਗਵਰਨਮੈਂਟ ਨੂੰ ਬੰਦ ਹੀ ਕਰ ਦੇਣਾ ਚਾਹੀਦਾ ਜਿਵੇਂ ਪਹਿਲਾਂ ਗਵਰਨਮੈਂਟ ਨੇ ਕੀਤਾ ਅਸੀਂ ਗਵਰਨਮੈਂਟ ਦੇ ਨਾਲ ਹਰ ਡਿਸੀਜਨ ਦੇ ਵਿੱਚ ਪਰ ਰਾਈਟ ਨਾਓ ਜਿਹ ਤੇ ਇੰਨੇ ਉਹ ਮਤਲਬ ਮੈਡੀਸਿਨ ਵਗੈਰਾ ਨਾਲ ਲੋਕ ਹੁਣ ਇੰਨੇ ਅਵੇਅਰ ਹੋ ਚੁੱਕੇ ਆ ਉਹ ਆਪਣਾ ਪੂਰਾ ਧਿਆਨ ਰੱਖ ਰਹੇ ਆ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਮਾਸਕ ਵੀ ਲਾਉਂਦੇ ਆ ਲੋਕ ਸੈਨੀਟਾਈਜ਼ ਵੀ ਕਰਦੇ ਆ ਕੇਸਿਸ ਦੇ ਉੱਤੇ ਤਾਂ ਕੰਟਰੋਲ ਹੈਗਾ ਹੀ ਆ ਤੇ ਜੇ ਕੇਸਿਸ ਇਨ ਕੇਸ ਵਧੇ ਆ ਤਾਂ ਗਵਰਨਮੈਂਟ ਫੇਰ ਕਰ ਲਵੇ ਪਰ ਹੁਣ ਜਿਵੇਂ ਹੁਣ ਸਿਚੁਏਸ਼ਨ ਅੰਡਰ ਕੰਟਰੋਲ ਆ ਇਹਨਾਂ ਨੂੰ ਚਾਹੀਦਾ ਵੀ ਥੋੜਾ ਜਿਹਾ ਹੁਣ ਲੋਕਾਂ ਦੀ ਸਪੋਰਟ ਕਰਨ ਗਵਰਨਮੈਂਟ ਵੀ ਸਪੋਰਟ ਕਰੇ ਵੀ ਜਿਹੜੇ ਲੋਕਾਂ ਨੇ ਇਨਵੈਸਟਮੈਂਟ ਕੀਤੀ ਹੋਈਆਂ ਰੈਸਟੋਰੈਂਟਸ ਨੇ ਹੋਟੈਲਸ ਨੇ ਇਹਨਾਂ ਦਾ ਸਾਰਾ ਧਿਆਨ ਰੱਖਿਆ ਜਾਵੇ ਸਰ ਤੁਸੀਂ ਇਹ ਕਹਿਣਾ ਚਾਹੋਗੇ ਹੁਣ 크리스마ਸ ਵੀ ਆਊਗੀ ਨਵਾਂ ਸਾਲ ਵੀ ਆਊਗਾ ਤਾਂ ਫਿਰ ਕਿੱਦਾਂ ਮੈਨੇਜ ਕੀਤਾ ਜਾਊਗਾ ਇਸ ਨਾਈਟ ਕਰਫਿਊ ਦੇ ਵਿੱਚ ਮੈਂ ਤਾਂ ਇਹ ਕਾਂਗਾ ਵੀ ਅਸੀਂ ਦੁਕਾਨਦਾਰਾਂ ਰਾਤ ਦਾ ਕਰਫਿਊ ਚੱਕ ਦਿੱਤਾ ਜਾਵੇ ਤਾਂ ਜੋ ਸਾਡੀਆਂ ਦੁਕਾਨਾਂ ਚੱਲਣ ਸਰਵਾਈਵ ਕਰੀਏ ਸਾਡੇ ਕੋਲ ਸਟਾਫ ਐਨਾ ਹੈ ਜਿੰਨਾਂ ਨੂੰ ਕਿ ਅਸੀਂ ਪਰਪਾਈ ਨਹੀਂ ਕਰ ਪਾਸ ਰਹੇ ਜੇ ਉਹਨਾਂ ਦੇ ਘਰ ਚ ਲਾਣੇ ਆ ਤੇ ਫਿਰ ਸਾਨੂੰ ਥੋੜੀ ਜੀ ਛੂਟ ਦਿੱਤੀ ਜਾਵੇ ਤਾਂ ਜੋ ਮਾੜਾ ਜਿਹਾ ਟਾਈਮ 10 ਮਿੰਟ ਵੀ ਉੱਪਰ ਹੁੰਦੇ ਤੇ ਪੁਲਿਸ ਵਾਲੇ ਆ ਕੇ ਡਰਾੰਤ ਮਕਾਨ ਲੱਗ ਪੈਂਦੇ ਆ ਉਹ ਸਾਰਾ ਸਟਾਫ ਡਰ ਜਾਂਦਾ ਤੇ ਪਹਿਲੇ ਹੀ ਭੱਜਣ ਦੀ ਤਿਆਰੀ ਕਰ ਲੈਂਦਾ ਸਾਡੇ ਬਿਜ਼ਨਸ ਨੂੰ ਬਹੁ ਅਸੀਂ ਅਪੀਲ ਕਰਾਂਗੇ ਸਰਕਾਰ ਨੂੰ ਵੀ ਛੇਤੀ ਤੋਂ ਛੇਤੀ ਇਹਨੂੰ ਹਟਾਇਆ ਜਾਵੇ। ਇਹੀ ਰਿਕੁਐਸਟ ਆ ਸਾਡੀ ਸਰਕਾਰ ਅੱਗੇ। ਕਿਉਂਕਿ ਜੀ ਦੁਹਰਾ ਦ ਤੁਹਾਡੇ ਵੱਲ ਆਉਨੇ ਆ। ਤੁਸੀਂ ਆਪਣੇ ਬਿਜ਼ਨਸ ਵੀ ਚਲਾ ਰਹੇ ਹੋ। ਨਾਲ ਦੀ ਨਾਲ ਜਿਹੜੇ ਫਾਰਮਰਸ ਨੇ ਸਾਡੇ ਜਿਹੜੇ ਦਿੱਲੀ ਪ੍ਰੋਟੈਸਟ ਕਰਦੇ ਪਏ ਨੇ, ਹਜਿਟੇਸ਼ਨ ਕਰ ਰਹੇ ਪਏ ਨੇ ਉੱਥੇ ਬੈਠੇ ਨੇ। ਤਾਂ ਉਹਨਾਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਨਾਲ ਦੀ ਨਾਲ ਜਿਹੜੇ ਬਿਜ਼ਨਸਮੈਨ ਨੇ ਸਾਰੇ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਜਿਹੜੀ ਸਹਾਇਤਾ ਜਾਵੇ। ਤੁਸੀਂ ਦਿੱਲੀ ਵੀ ਕਾਫੀ ਵਾਰ ਜਾਇਆ ਹੋ। ਨਾਲ ਤੁਹਾਡੇ ਜਿਹੜੇ ਪਾਰਟਨਰ ਸੀ ਉਹ ਵੀ ਜਾ ਕੇ ਆਏ ਨੇ। ਤਾਂ ਤੁਸੀਂ ਇਹ ਦੋਨੋਂ ਚੀਜ਼ਾਂ ਮੈਨੇਜ ਕਿਵੇਂ ਕਰ ਰਹੇ ਹੋ? ਅ ਕੱਲੇ ਅਸੀਂ ਨਹੀਂ ਜੀ ਪੂਰਾ ਸ਼ਹਿਰ ਹੀ ਲੁਧਿਆਣਾ ਵਾਸੀਆ ਦੇ ਨਾਲ ਲੱਗੇ ਸਾਡੀ ਪੂਰੀ ਮਾਰਕੀਟ ਐਸੋਸੀਏਸ਼ਨ ਸਾਰੇ ਦੁਕਾਨਦਾਰ ਕਿਸਾਨਾਂ ਦੇ ਨਾਲ ਲੱਗੇ ਨੇ ਤੇ ਉਹਦੇ ਨਾਲ-ਨਾਲ ਸਾਡੇ ਅਸੀਂ ਵੀ ਕੋਵਿਡ ਦੀ ਮਾਰ ਚੱਲ ਰਹੇ ਹਾਂ ਜੀ ਤੇ ਉਹਦੇ ਉੱਤੇ ਨਾਈਟ ਕਰਫਿਊ ਵੀ ਹੈਗਾ ਤੇ ਅਸੀਂ ਸਰਕਾਰ ਨੂੰ ਐਹੀ ਅਪੀਲ ਕਰਾਂਗੇ ਕਿ ਜਿਵੇਂ ਇੱਕ ਮਾਰ ਪੈ ਰਹੀ ਹੈ ਪੰਜਾਬ ਨੂੰ ਆਲਰੇਡੀ ਹੈਨਾ ਕਿ ਜੋ ਕਿਸਾਨਾਂ ਨਾਲ ਤੱਕਾ ਹੋ ਰਿਹਾ ਹੈ ਉਹਦੇ ਨਾਲ-ਨਾਲ ਅਗਰ ਨਾਈਟ ਕਰਫਿਊ ਵੀ ਦੁਕਾਨਾਂ ਤੇ ਪਏਗਾ ਤੇ ਇਕਨੋਮੀ ਕਿੱਥੇ ਜਾਏਗੀ ਤੇ ਸਾਨੂੰ ਆਪਣੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ ਉਤੇ ਹੈ ਹੀ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਬਾਕੀ ਪੱਖੋਂ ਪੰਜਾਬ ਨੂੰ ਮਾਰ ਨਾ ਪਵੇ ਨਾਈਟ ਕਰਫਿਊ ਨੂੰ ਹਟਾਇਆ ਜਾਵੇ ਅਸੀਂ ਸੀਐਮ ਸਾਹਿਬ ਦੀ ਬਹੁਤ ਰਿਸਪੈਕਟ ਕਰਦੇ ਹਾਂ ਉਹਨਾਂ ਦੇ ਬਣਾਏ ਹੋਏ ਰੂਲਸ ਨੂੰ ਫੋਲੋ ਕਰਾਂਗੇ ਪੂਰੀ ਤਰੀਕੇ ਨਾਲ ਬਟ ਸਾਡਾ ਹੱਕ ਵੀ ਹੈਗਾ ਕਿ ਅਸੀਂ ਉਹਨਾਂ ਨੂੰ ਅਪੀਲ ਕਰੀਏ ਕਿ ਦੁਕਾਨਾਂ ਨੂੰ ਬਿਜ਼ਨਸ ਕਰਨ ਲਈ ਪ੍ਰੋਪਰ ਟਾਈਮਿੰਗਸ ਦਿੱਤੇ ਜਾਣ ਬਹੁਤ ਬਤਨਵਾਜੀ ਥੈਂਕ ਯੂ ਸੋ ਇਸਨ ਰੈਸਟੋਰੈਂਟ ओनर्स ਇਹਨਾਂ ਨਾਲ ਗੱਲਬਾਤ ਕੀਤੀ ਆ ਕਿ ਜਿਹੜੇ ਸਰਕਾਰ ਦੇ ਵੱਲੋਂ ਨਾਈਟ ਕਰਫਿਊ ਚਲਾਇਆ ਗਿਆ ਜਿਸ ਦੇ ਨਾਲ ਬਹੁਤ ਲਾਸ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਲਾਸ ਹੋਣ ਦੇ ਬਾਵਜੂਦ ਜਿਹੜੇ ਆ ਆਪਣੇ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹਲੇ ਤੱਕ ਰਿਕਵਰ ਨਹੀਂ ਹੋ ਪਾਰਾ ਜਿੰਨਾ ਪਹਿਲਾਂ ਲਾਸ ਹੋ ਚੁਕਿਆ ਹੈ ਲੇਕਿਨ ਉਮੀਦ ਹੈ ਕਿ ਹੁਣ ਜਿਹੜਾ ਇਹ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਕਿ ਹੋ ਸਕਦਾ ਸਰਕਾਰ ਦੇ ਨਾਈਟ ਕਰਫਿਊ ਜਿਹੜੇ ਆ ਫੈਸਟੀਵਲ ਜਿਹੜੇ ਆਉਂਦੇ ਉਸ ਤੋਂ ਪਹਿਲਾਂ ਜਿਹੜਾ ਚੱਕ ਲਿਆ ਜਾਵੇ ਤੇ ਇਹਨਾਂ ਦੇ ਜਿਹੜੇ ਬਿਜ਼ਨਸ ਨੇ ਚੰਗੀ ਤਰ੍ਹਾਂ ਚੱਲ ਸਕਣ ਸੋ ਵਦੇਰੀ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ